ਹਰ ਸਾਲ ਕਰਦੇ ਹਾਂ, ਸਾਡੇ 24ਵਾਂ ਮੇਲਾ ਸਾਡੇ ਬਜ਼ੁਰਗ ਕਰਦੇ ਸੀ, ਹੁਣ ਆਪਾਂ ਕਰਦੇ ਹਾਂ। ਹਰ ਸਾਲ ਮਹਾਮਾਈ ਦਾ ਮੇਲਾ ਮਨਾਉਂਦੇ ਹਾਂ। ਲੋਕ ਕਹਿੰਦੇ ਨੇ ਕਿ ਇਲਮ ਹੈ, ਆਪਾਂ ਕਹਿੰਦੇ ਇਲਮ ਨਹੀਂ, ਮਹਾਮਾਈ ਦੀ ਭਗਤੀ ਹੈ, ਮਹਾਮਾਈ ਦੀ ਸ਼ਕਤੀ ਹੈ। ਕਿਉਂਕਿ ਭਗਤ ਜਨ ਤਸ਼ੂ ਲੰਘਾਉਂਦੇ ਨੇ, ਆਰ ਪਾਰ ਕਰਦੇ ਨੇ, ਇਲਮ ਦਾ ਨਿਸ਼ਾਨ ਮਿਟ ਜਾਂਦਾ ਹੈ। ਆਪਾਂ ਸਾਡਾ ਨਿਸ਼ਾਨ ਪਿਛਲੇ ਸਾਲ ਆਪਾਂ ਮੈਂ ਤਸ਼ੂ ਲਾਇਆ ਸੀ, ਹਜੇ ਤੱਕ ਨਿਸ਼ਾਨ ਹੋਏ ਨੇ। ਕਿਉਂਕਿ ਆਪਾਂ ਇਹਨੂੰ ਇਲਮ ਨਹੀਂ ਕਹਿੰਦੇ, ਆਪਾਂ ਮਹਾਮਾਈ ਦੀ ਸ਼ਕਤੀ ਕਹਿੰਦੇ ਹਾਂ। ਇੱਥੇ ਕੋਈ ਦਵਾਈ, ਕੋਈ ਦੁਆ, ਅਸੀਂ ਸਿਰਫ ਦੁਆ ਅਤੇ ਭਭੂਤੀ ਮੰਦਰ ਦੀ ਜਿਹੜੀ ਹੈ, ਇਹੀ ਭਭੂਤੀ ਨਾਲ ਹੀ ਆਰਾਮ ਆਉਣਾ। ਜਿਨ੍ਹਾਂ ਨੂੰ ਲੋਕ, ਜਿਨ੍ਹਾਂ ਦੇ ਕੰਮ ਰੁਕੇ, ਜੋ ਕੋਈ ਕਸ਼ਨ ਆਉਂਦੇ ਆ, ਮਹਾਮਾਈ ਉਹਨਾਂ ਕਸ਼ਨ ਦੂਰ ਕਰਦੀ ਹੈ। ਭਗਤ ਜਨ ਸੁੱਖ ਦੇਣੇ, ਤਰਸ਼ੂਲ ਲਾਵਾਂਗਾ, ਗੱਡੀ ਖਿੱਚਾਂਗਾ, ਸਰੀਰ 'ਤੇ ਸੂਈ ਲਾ ਕੇ ਨਿੰਬੂ ਲਾਵਾਂਗਾ। ਭਗਤ ਜਨ ਕਹਿੰਦੇ ਨੇ ਕਿ ਮੈਂ ਅਗਨੀ ਉਤਰਾਂਗਾ, ਬੱਚੇ ਜਨਾਨੀਆਂ ਮਨੋਕਾਮਨਾ ਪੂਰੀ ਹੋਣ 'ਤੇ ਬਸ ਮਹਾਮਾਈ ਦੇ ਦਰਬਾਰ ਦੇ ਉੱਤੇ ਆ ਕੇ ਆ ਅਗਨੀ ਉਦਰੀ ਦੇ ਪੂਜਾ ਕਰਦੇ ਨੇ। ਕੱਲ੍ਹ ਸ਼ਾਮੀ 7 ਵਜੇ ਅਗਨੀ ਪ੍ਰਸ਼ਾਦ ਵੀ ਦਿੱਤੀ ਜਾਏਗੀ, ਜਿਹਦੇ ਵਿੱਚ ਮਨੋਕਾਮਨਾ ਪੂਰੀ ਹੋਣ 'ਤੇ ਬਸ ਭਗਤ ਜਨ ਕਹਿੰਦੇ ਨੇ ਕਿ ਮੈਨੂੰ ਪੂਰੀ 10 ਸਾਲ ਬਾਅਦ ਇੱਥੇ ਇੱਕ ਜਨਾਨੀ ਆਈ ਕਿ ਮੇਰੀ ਔਲਾਦ ਨਹੀਂ ਹੋਈ, ਮਹਾਮਾਈ ਨੇ ਉਹਦੀ ਸੁਣ ਲਈ, ਉਹਦੇ ਫੁਗਾਰ 'ਚ ਔਲਾਦ ਹੋਈ। ਕੱਲ੍ਹ ਉਹਨੇ ਪਿਛਲੇ ਸਾਲ ਉਹਨੇ ਤਰਸ਼ੂਲ ਲਾਇਆ, ਮਹਾਮਾਈ ਦੇ ਨਾਲ ਝੰਡੇ ਚੜ੍ਹਦੇ ਜਾਏ। ਲੋਕ ਕਹਿੰਦੇ ਨੇ ਕਿ ਇਲਮ ਦੀ ਮਾਰ ਹੈ, ਇਲਮ ਨਹੀਂ ਹੁੰਦਾ, ਇਲਮ ਹੁੰਦਾ ਕਲੈਸ਼ ਦੇ ਵਿੱਚ, ਮਹਾਮਾਈ ਦੀ ਭਗਤੀ ਹੈ। ਜਿਨ੍ਹਾਂ ਲੋਕਾਂ ਨੇ ਵਿਸ਼ਵਾਸ ਕੀਤਾ, ਜਾਰਾ ਦੁਨੀਆ ਆਲ ਇੰਡੀਆ ਦੇ ਵਿੱਚ, ਫੋਰਨ ਅਮਰੀਕਾ, ਮਲੇਸ਼ੀਆ ਤੱਕ, ਜਿੱਥੇ ਵੀ ਬੰਦਰਾਸੀ ਰਹਿੰਦੇ ਜਾਂ ਸਾਊਥ ਇੰਡੀਅਨ ਜਿੱਥੇ ਵੀ ਰਹਿੰਦੇ ਨੇ, ਉਹ ਸਭ ਪੂਜਾ ਕਰਦੇ ਨੇ ਮਹਾਮਾਈ ਦੀ। ਧਰਮ 'ਚ ਮਾਤਾ ਕਹਿੰਦੇ ਆ, ਕਹਿੰਦੇ ਦੁਰਗਾ, ਚੰਡੀ, ਕਾਲੀ, ਮਾਂ ਕਾਲੀ, ਸ਼ਾਸ਼ਨ ਦੇਵੀ, ਇਹ ਭੈਣਾਂ ਨੇ, ਇਹੀ ਰੂਪ ਨੇ ਇਹਨਾਂ ਨੇ। ਮਦਰਾਸ ਦੇ ਵਿੱਚ 9 ਭੈਣਾਂ ਨੇ, 9 ਰੂਪ ਨੇ, 9 ਨਾਮ ਨੇ। ਇਹਨਾਂ ਮਹਾਮਾਈ ਬੋਰੀ ਮਾਂ ਦਾ ਨਾਂ ਵੀ ਦਿੱਤਾ ਗਿਆ, ਇਹਨੂੰ ਹਿੰਦੀ 'ਚ ਆਪਾਂ ਸੀਤਲਾ ਮਾਤਾ, ਮਹਾਮਾਈ ਕਰਮਾਰੀ ਦੇ ਨਾਂ ਦੇ ਉੱਤੇ ਵੀ ਬੁਲਾਇਆ ਜਾਂਦਾ। ਕਿਉਂਕਿ ਮਨੋਕਾਮਨਾ ਜਿਸ ਭਗਤ ਦੀ ਹੋ ਪੂਰੀ, ਮਹਾਮਾਈ ਦਾ ਗੁਣ ਗਾਉਂਦਾ ਹੈ। ਬਸ ਸੁੱਖ ਸ਼ਾਂਤੀ ਬਣਾਈ ਰੱਖੀ ਹੈ, ਬਸ ਇਹੀ ਸੁੱਖਿਆ ਸੀ ਮੈਂ, ਬਸ ਮਹਾਮਾਈ ਦੇ ਨਾਂ ਲੈ ਕੇ ਆਉਂਦਾ। ਮੈਂ ਕਿਹਾ ਮੈਂ ਜੇ ਮੇਰੇ ਘਰ ਦੇ ਵਿੱਚ ਖੁਸ਼ਹਾਲੀ ਰਹੂਗਾ ਤਾਂ ਮੈਂ ਗੱਡੀਆਂ ਖਿੱਚਾਂਗਾ 3 ਸਾਲ, ਅਤੇ ਮੇਰੇ 3 ਸਾਲ ਹੋ ਗਏ ਪੂਰੇ, ਅਤੇ ਹੁਣ ਇਸ ਵਾਰੀ ਮਹਾਮਾਈ ਨੂੰ ਹੱਥ ਜੋੜਤਾ ਭਾਈ। ਦਰਦ ਨਹੀਂ ਹੁੰਦੀ ਇੰਨਾ? ਨਹੀਂ ਭਾਈ, ਕੁਛ ਨਹੀਂ, ਸਭ ਮਹਾਮਾਈ ਕੁਛ ਨਹੀਂ ਦਰਦ ਦਿੰਦੀ, ਕੁਛ ਨਹੀਂ ਹੁੰਦਾ ਭਾਈ, ਕੁਛ ਨਹੀਂ, ਕੋਈ ਦਰਦ ਨਹੀਂ। ਮੈਂ ਹਰ ਸਾਲ ਪੂਜਾ ਕਰਤੇ ਹੈ, ਹਮ ਜੋ ਮੰਗਤੇ ਹੈ ਮਾਤਾ ਸੇ ਹਮਕੋ ਸਭ ਕੁਛ ਮਿਲਤਾ ਹੈ। ਜਿਸਕੇ ਪਾਸ ਬੱਚਾ ਨਹੀਂ ਹੈ ਤੋ ਬੱਚਾ ਵੀ ਦਿੱਤਾ ਹੈ, ਮਾਤਾ ਦਿੱਤੀ ਹੈ। ਜਿਸਕੇ ਪਾਸ ਪਰੇਸ਼ਾਨੀ ਹੈ ਤੋ ਮਾਤਾ ਸਭ ਪਰੇਸ਼ਾਨੀ ਕਾਟਤੀ ਹੈ। ਆਜ ਹਮਕੋ 26 ਸਾਲ ਹੋ ਗਏ ਹੈ, ਇਸ ਪੂਜਾ ਕੇ ਅੰਦਰ ਹਮ ਭਾਗ ਲੇਤੇ ਹੈ, ਹਮ ਨਿੰਬੂ ਵੀ ਲਗਾਤੇ ਹੈ, ਦਰਸੂ ਵੀ ਡਾਲਤੇ ਹੈ, ਗਾੜੀ ਵੀ ਖਿੱਚਦੇ ਹੈ, ਅਗਨੀ ਪੂਜਾ ਵੀ ਕਰਤੇ ਹਾਂ, ਬਾਕੀ ਹਮ ਕਿਸੀ ਕੋਈ ਬੇਦਖਲ ਨਹੀਂ ਕਰਤੇ ਹਾਂ, ਕਿਸੀ ਜ਼ਬਰਦਸਤੀ ਨਹੀਂ ਕਰਤੇ ਹਾਂ, ਆਪਕੀ ਖੁਸ਼ੀ ਸੇ ਸਭ ਕਾਮ ਕਰਤੇ ਹੈ, ਇਸਮੇਂ ਕੋਈ ਪਰੇਸ਼ਾਨੀ ਕਿਸੀ ਕੋ ਨਹੀਂ ਹੈ, ਕਿਸੀ ਕੀ ਦਾਬ ਨਹੀਂ ਹੈ। ਮਾਤਾ ਹਮਕੋ ਕਹਤੀ ਹੈ, ਬੱਚੇ ਹੋ, ਹਮ ਤੁਹਾਰੀ ਰਕਸ਼ਾ ਕਰੇਂਗੇ, ਤੁਮ ਹਮਾਰੀ ਰਕਸ਼ਾ ਕਰੋਗੇ, ਹਮ ਤੁਹਾਰੀ ਰਕਸ਼ਾ ਕਰੇਂਗੇ, ਹਮ ਜੋ ਮੰਗ ਪੂਰੀ ਕਰਤੇ ਮੰਗਤੇ ਹੈ, ਉਹ ਹਮਾਰੀ ਮੰਗ ਪੂਰੀ ਕਰਤੀ ਹੈ ਮਾਤਾ।